ਪਿੰਡ ਦੇ ਮੈਦਾਨ ਵਿੱਚ ਪੋਲ ਵਾਲਟ ਹਾਈ ਜੰਪ ਅਤੇ 3 ਜੰਪ ਦਾ ਅਭਿਆਸ ਕਰ ਰਹੇ 55 ਸਾਲਾ ਰਿਟਾਇਰਡ ਸੂਬੇਦਾਰ ਲਖਵਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਰਿਆਰ ਦੇ ਰਹਿਣ ਵਾਲੇ ਹਨ। ਇਸ ਖਿਡਾਰੀ ਨੇ ਆਪਣੇ ਦਮ ਤੇ ਕਈ ਖੇਡ ਮੁਕਾਬਲਿਆਂ ਵਿੱਚ ਸੈਂਕੜੇ ਤਗਮੇ ਜਿੱਤੇ ਹਨ। ਉਮਰ ਦੇ ਜਿਸ ਪੜਾਅ ਵਿੱਚ ਬਜ਼ੁਰਗ ਆਪਣੇ ਗੋਡਿਆਂ ਦੇ ਦਰਦ ਤੋਂ ਬੋਝਲ ਦਿਖਾਈ ਦਿੰਦੇ ਹਨ, ਉਸ ਪੜਾਅ ਵਿੱਚ ਲਖਵਿੰਦਰ ਸਿੰਘ ਅਜੇ ਵੀ ਨੌਜਵਾਨਾਂ ਨੂੰ ਮਾਤ ਦਿੰਦੇ ਦਿਖਾਈ ਦੇ ਰਹੇ ਹਨ। ਸੂਬੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਬਚਪਨ ਵਿੱਚ ਹੀ ਇਹ ਸ਼ੌਂਕ ਸਕੂਲ ਤੋਂ ਹੀ ਉਹਨਾਂ ਨੂੰ ਲੱਗ ਗਿਆ ਸੀ। ਸਕੂਲ ਦੇ ਸਮੇਂ ਹੀ ਉਹਨਾਂ ਪੋਲ ਵਾਲਟ, ਹਾਈ ਜੰਪ, ਟ੍ਰਿਪਲ ਜੰਪ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਗਏ। ਸਰਵਿਸ ਦੇ ਦੌਰਾਨ 7 ਵਾਰ ਟੀਮ ਵਿੱਚ ਖੇਡੇ, ਜਿਸ ਵਿੱਚ ਉਹਨਾਂ ਨੇ 2 ਸੋਨ, 3 ਸਿਲਵਰ ਅਤੇ 2 ਕਾਂਸੇ ਦੇ ਤਗਮੇ ਜਿੱਤੇ ਸਨ। ਇਸੇ ਦੇ ਨਾਲ ਬਹੁਤ ਸਾਰੇ ਹੋਰ ਵੀ ਖਿਤਾਬ ਉਹਨਾਂ ਨੇ ਆਪਣੇ ਨਾਮ ਨਾਲ ਜੋੜੇ। ਅਜੀਤ ਵੈਬ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਭੁਪਿੰਦਰ ਸਿੰਘ ਬੰਬਰਾ ਅੱਜ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ 55 ਸਾਲਾ ਉਸ ਸੂਬੇਦਾਰ ਦੇ ਨਾਲ, ਜਿਸ ਨੇ ਆਪਣੀ ਧਾਂਕ ਦੇ ਨਾਲ ਜਿੱਥੇ ਪੂਰੀ ਦੁਨੀਆ ਵਿੱਚ ਪੰਜਾਬ ਦਾ ਅਤੇ ਪਿੰਡ ਬਰਿਆਰ ਦਾ ਨਾਂ ਰੋਸ਼ਨ ਕੀਤਾ, ਸੂਬੇਦਾਰ ਲਖਵਿੰਦਰ ਸਿੰਘ, ਉਹਨਾਂ ਦੇ ਜੀਵਨ ਬਾਰੇ ਤੁਹਾਨੂੰ ਉਹਨਾਂ ਦੇ ਕੋਲੋਂ ਹੀ ਜਾਣਕਾਰੀ ਦਿੰਦੇ ਹਾਂ। ਆਓ ਗੱਲ ਕਰਦੇ ਹਾਂ ਸੂਬੇਦਾਰ ਲਖਵਿੰਦਰ ਸਿੰਘ ਦੇ ਨਾਲ। ਸੂਬੇਦਾਰ ਸਾਹਿਬ, ਜਿਹੜਾ ਇਹ ਖੇਡਾਂ ਦਾ ਸਫ਼ਰ ਤੁਹਾਡਾ ਕਿੱਥੋਂ ਸ਼ੁਰੂ ਹੋਇਆ? ਸਭ ਤੋਂ ਪਹਿਲਾਂ ਜੀ, ਮੈਂ ਗੁਰਦੁਆਰਾ ਬਾਬਾ ਕਾਲਾ ਮਹਿਰ ਬਰਿਆਰ ਸੰਧਵਾਂ ਵਿਖੇ ਖੜ੍ਹਾ ਹਾਂ। ਮੇਰਾ ਨਾਂ ਸੂਬੇਦਾਰ ਲਖਵਿੰਦਰ ਸਿੰਘ ਹੈ ਅਤੇ ਮੈਂ ਸਪੋਰਟਸ ਕਲੱਬ ਬਾਬਾ ਕਾਲਾ ਮਹਿਰ ਨਾਲ ਵੀ ਜੁੜਿਆ ਹਾਂ ਅਤੇ ਗੁਰੂ ਘਰ ਦੀ ਨਿਸ਼ਕਾਮ ਸੇਵਾ ਵੀ ਕਰਦਾ ਹਾਂ। ਮੇਰਾ ਜਿਹੜਾ ਸਪੋਰਟਸ ਕੈਰੀਅਰ ਹੈ, ਸਕੂਲ ਦੇ ਟਾਈਮ ਤੋਂ ਸ਼ੁਰੂ ਹੈ ਜੀ। ਮੈਂ 8ਵੀਂ 'ਚ ਪੜ੍ਹਦਾ ਸੀਗਾ ਅਤੇ ਇੱਕ ਸਪੋਰਟਸਮੈਨ ਲੜਕਾ ਜੋ ਪੋਲਵਰਡ ਕਰਦਾ ਹੁੰਦਾ ਸੀ, ਉਸ ਨੂੰ ਦੇਖ ਕੇ ਮੈਨੂੰ ਇਹ ਸ਼ੌਂਕ ਲੱਗਾ ਕਿ ਮੈਂ ਇਹ ਪੋਲਵਰਡ ਕਰਾਂ। ਪਹਿਲਾਂ ਮੈਂ ਖੋ ਖੋ ਵੀ ਖੇਡਦਾ ਰਿਹਾ ਨੈਸ਼ਨਲ ਲੈਵਲ ਤੱਕ, ਉਸ ਤੋਂ ਮੈਂ ਜੋ ਪੋਲਵਰਡ ਦਾ ਕੈਰੀਅਰ ਆਪਣਾ ਸ਼ੁਰੂ ਕੀਤਾ। ਮੈਂ 11ਵੀਂ ਕਲਾਸ ਜੋ DAV ਕਾਲਜ ਹੁਸ਼ਿਆਰਪੁਰ ਤੋਂ ਪੜ੍ਹਨ ਤੋਂ ਉਪਰੰਤ, ਇਹਦੇ ਵਿੱਚ ਮੈਨੂੰ ਕੋਚ ਹਰਦੇਵ ਜੋ ਘੁਮਾਣ ਤੋਂ ਹੈ, ਉਹਨੇ ਮੈਨੂੰ ਬੜੀ ਸਪੋਰਟ ਕੀਤੀ। ਉਹ ਮੈਨੂੰ ਕੋਲ ਲੈ ਗਿਆ ਔਰ ਉੱਥੇ ਜਾ ਕੇ ਮੈਨੂੰ ਪੋਲਵਰਡ ਦੀ ਸ਼ੁਰੂਆਤ ਦੀ ਕੋਚਿੰਗ ਉਹਨੇ ਦਿੱਤੀ। ਉਸ ਤੋਂ ਉਪਰੰਤ ਮੈਂ ਆਰਮੀ ਦੇ ਵਿੱਚ ਭਰਤੀ ਹੋ ਗਿਆ। 83 ਦੇ ਵਿੱਚ ਮੈਂ ਆਰਮੀ ਦੇ ਵਿੱਚ ਭਰਤੀ ਹੋਇਆ ਔਰ ਮੈਂ ਇੱਥੋਂ ਸਕੂਲ ਤੋਂ ਹੀ ਗੇਮ ਕਰਦਾ ਗਿਆ ਸੀ ਕਿ ਗੇਮ ਦੇ ਲੈਵਲ 'ਤੇ ਹੀ ਮੈਂ ਜੋ ਹੈ ਭਰਤੀ ਹੋਇਆ ਆਰਮੀ ਦੇ ਵਿੱਚ। ਔਰ ਉੱਥੇ ਜਾ ਕੇ ਮੈਂ ਤਕਰੀਬਨ ਸਾਰਾ ਸਰਵਿਸ ਜਿਹੜੀ ਹੈ ਉਹ ਇੱਥੇ ਸਪੋਰਟਸ ਦੇ ਸਿਰ 'ਤੇ ਕੀਤੀ ਹੈ। ਉੱਥੇ ਜਾ ਕੇ ਮੈਂ NS ਜੋ ਕੁਆਲੀਫਾਈਡ ਕੋਚ ਹੁੰਦਾ ਹੈ, ਉਹ ਵੀ ਮੈਂ 1 ਸਾਲ ਦਾ ਡਿਪਲੋਮਾ ਕੀਤਾ ਹੈ। ਔਰ ਉੱਥੇ ਜਾ ਕੇ ਮੈਂ ਜੋ ਹੈ ਫਾਈਬਰ ਦਾ ਪੋਲ ਵੀ ਮੈਨੂੰ ਜੋ ਮੇਰੇ ਡਿਪਾਰਟਮੈਂਟ ਨੇ ਲੈ ਕੇ ਦਿੱਤਾ ਹੈ ਔਰ ਉਹਦੇ ਨਾਲ ਮੈਂ ਕਾਫੀ ਡਿਵੈਲਪਮੈਂਟ ਕੀਤਾ ਹੈ। ਔਰ ਮੈਂ ਕਮਾਂਡ ਲੈਵਲ 'ਤੇ ਤਕਰੀਬਨ 8-9 ਸਾਲ ਚੈਂਪੀਅਨਸ਼ਿਪ ਰਿਹਾ ਔਰ ਸਰਵਿਸ ਲੈਵਲ ਦੇ ਵਿੱਚ ਮੈਂ 5 ਮੈਡਲ ਲਏ, ਜਿਹਦੇ ਵਿੱਚ 2 ਸਿਲਵਰ, 2 ਗੋਲਡ, 1 ਬਰਾਊਨ ਲਿਆ ਔਰ ਉਹਦੇ ਥਰੂ ਮੈਂ ਨੈਸ਼ਨਲ ਲੈਵਲ 'ਤੇ ਖੇਡਿਆ ਔਰ ਉਹਦੇ ਨਾਲ ਹੀ ਮੈਂ ਜੋ ਸੂਬੇਦਾਰ ਰੈਂਕ ਜੋ ਪ੍ਰਾਪਤ ਕੀਤਾ ਜੀ। ਔਰ ਉਸ ਤੋਂ ਉਪਰੰਤ ਜੋ ਮੈਂ 2004 ਦੇ ਵਿੱਚ ਰਿਟਾਇਰਮੈਂਟ ਹੋ ਗਿਆ। ਉਸ ਤੋਂ ਬਾਅਦ ਕੁਝ ਸਮਾਂ ਮੈਂ ਗੈਪ ਰਿਹਾ, ਘਰ ਦੀ ਕੁਝ ਜ਼ਿੰਮੇਵਾਰੀਆਂ ਆ ਕੇ ਨਿਭਾਈਆਂ। ਫਿਰ ਮੈਂ 2016 ਦੇ ਵਿੱਚ ਜਿਹੜਾ ਦੁਬਾਰਾ ਸੋਚਿਆ ਕਿ ਮੈਂ ਆਪਣਾ ਜੋ ਹੈ ਸਪੋਰਟਸ ਦੁਬਾਰਾ ਤਿਆਰ ਕਰਾਂ ਤਾਂ ਜੋ ਕਿ ਮੇਰੀ ਜੋ ਹੈ ਸਰੀਰ ਜਿਹੜਾ ਮੇਰਾ ਫਿਜ਼ੀਕਲ ਕੰਡੀਸ਼ਨ ਜਿਹੜੀ ਚੰਗੀ ਬਣੀ ਰਹੇ। 2016 ਤੋਂ ਲੈ ਕੇ ਮੈਂ 2017 ਦੇ ਵਿੱਚ ਜਿਹੜਾ ਹੈ ਨੈਸ਼ਨਲ ਲੈਵਲ ਤੱਕ ਜੋ ਹੈ 2 ਸਾਲ ਜੋ ਹੈ ਮੈਂ ਗੋਲਡ ਮੈਡਲ ਜੋ ਹੈ 3 ਇਵੈਂਟਾਂ ਵਿੱਚ ਪੋਲ ਵਾਲਟ, ਹਾਈ ਜੰਪ ਅਤੇ ਟ੍ਰਿਪਲ ਜੰਪ ਦੇ ਵਿੱਚ ਮੈਂ ਚੈਂਪੀਅਨ ਰਿਹਾ। ਉਸ ਤੋਂ ਉਪਰੰਤ ਮੈਂ ਸ਼੍ਰੀਲੰਕਾ ਵੀ 2017 ਦੇ ਵਿੱਚ ਜਾ ਕੇ 3 ਮੈਡਲ ਉੱਥੋਂ ਮੈਂ ਲੈ ਕੇ ਆਇਆ ਜੋ ਏਸ਼ੀਆ ਲੈਵਲ ਦੀ ਮੈਡਲ ਮੀਟ ਹੁੰਦੀ ਹੈ। ਔਰ ਹੁਣ ਮੈਂ ਜੋ ਇਹ ਤਿਆਰੀ ਕਰ ਰਿਹਾ ਹਾਂ, ਇਹ ਨਵੰਬਰ 2019 ਦੇ ਵਿੱਚ ਜੋ ਏਸ਼ੀਆ ਮੀਟ ਹੋ ਰਹੀ ਹੈ ਮਲੇਸ਼ੀਆ ਦੇ ਵਿੱਚ, ਉਹਦੇ ਵਾਸਤੇ ਮੈਂ ਸਿਲੈਕਸ਼ਨ ਮੇਰੀ ਆਲਰੇਡੀ ਹੋ ਚੁੱਕੀ ਹੈ। ਨਾਲ ਹੀ ਨਾਲ ਜੋ ਵਰਲਡ ਲੈਵਲ ਦੀ ਇੱਕ ਮੀਟ ਆਉਣੀ ਹੈ ਕਨੇਡਾ ਦੇ ਵਿੱਚ 2020 ਦੇ ਅਗਸਤ ਦੇ ਵਿੱਚ, ਉਹਦੇ ਨਾਲ ਨਾਲ ਹੀ ਮੈਂ ਤਿਆਰੀ ਕਰ ਰਿਹਾ ਹਾਂ। ਪਰ ਮੇਰੀ ਇੱਕ ਪ੍ਰੋਬਲਮ ਹੈ ਕਿ ਜੋ ਮੇਰੇ ਕੋਲ ਪਿੱਟ ਨਹੀਂ ਹੈ, ਮੈਂ ਆਪਣਾ ਸ਼ੌਕ ਪੂਰਾ ਕਰਨ ਵਾਸਤੇ ਇੱਕ ਪਰਾਲੀ ਦਾ ਹੀ ਪੇਂਡੂ ਜਗਾੜ ਬਣਾ ਕੇ ਔਰ ਮੈਂ ਫਾਈਬਰ ਦਾ ਪੋਲ ਜੋ 70-80 ਹਜ਼ਾਰ ਰੁਪਏ ਦਾ ਮੈਂ ਪੇਮੈਂਟ ਲੈ ਕੇ ਆਪਣਾ ਔਨ ਪੇਮੈਂਟ ਲਿਆ, ਉਹਦੇ ਨਾਲ ਹੀ ਮੈਂ ਆਪਣੀ ਪ੍ਰੈਕਟਿਸ ਕਰ ਰਿਹਾ ਹਾਂ। ਮੈਂ ਚਾਹੁੰਦਾ ਕਿ ਜੇ ਥੋੜ੍ਹੀ ਬਹੁਤੀ ਕਿਸੇ ਸਾਈਡ ਤੋਂ ਸਰਕਾਰ ਵੱਲੋਂ ਮੇਰੀ ਹੈਲਪ ਹੁੰਦੀ, ਮੈਨੂੰ ਪਿੱਟ ਮਿਲ ਜਾਏ। ਇਹਦੇ ਨਾਲ ਨਾਲ ਜੋ ਹੈ ਕੁਝ ਬੱਚੇ ਵੀ ਮੈਂ ਤਿਆਰ ਕਰ ਰਿਹਾ ਹਾਂ, ਪਰ ਇਹ ਜੋ ਪਿੱਟ ਨਾ ਹੋਣ ਦੀ ਕਾਰਨ ਜੋ ਹੈ ਉਹ ਬੱਚੇ 2-4-10 ਦਿਨ ਆਉਂਦੇ ਨੇ, ਤਕਰੀਬਨ 8 ਫੋਟੋ ਪੋਲਵਾਰਡ ਕਰਦੇ ਨੇ, ਜੰਪ ਵੀ ਕਰਦੇ ਨੇ, ਹਾਈ ਜੰਪ, ਪਰ ਪਰਾਲੀ ਦੇ ਉੱਪਰ ਉਹ ਜੋ ਬੱਚੇ ਜੋ ਕਰਨਾ ਨਹੀਂ ਚਾਹੁੰਦੇ, ਇਸ ਕਰਕੇ ਜੋ ਬੱਚੇ ਅੱਗੇ ਨਹੀਂ ਆ ਰਹੇ। ਮੇਰੀ ਬੇਨਤੀ ਹੈ ਕਿ ਜੇ ਮੈਨੂੰ ਪਿੱਟ ਜੋ ਹੈ ਤਕਰੀਬਨ ਪ੍ਰੋਵਾਈਡ ਹੋ ਜਾਵੇ ਤਾਂ ਮੈਂ ਆਪਣਾ ਵੀ ਜੋ ਹੈ ਈਵੈਂਟ ਆਉਣ ਵਾਲਾ ਸਮਾਂ ਜੋ ਹੈ ਵਧੀਆ ਕਰ ਸਕਦਾ ਹੈ ਅਤੇ ਮੈਂ ਉਸ ਤੋਂ ਉਪਰੰਤ ਬੱਚੇ ਵੀ ਤਿਆਰ ਕਰਕੇ ਜੋ ਨੈਸ਼ਨਲ ਲੈਵਲ ਤੱਕ ਘੱਲ ਕੇ ਆਪਣੇ ਇਲਾਕੇ ਦਾ ਨਾਂ ਉੱਚਾ ਕਰ ਸਕਦਾ। ਮੈਂ ਤਾਂ ਚਾਹੁੰਦਾ ਕਿ ਇਸ ਜਗ੍ਹਾ 'ਤੇ ਇੱਕ ਛੋਟੀ ਜਿਹੀ ਅਕੈਡਮੀ ਸਪੋਰਟਸ ਦੀ ਖੋਲ੍ਹ ਦੇਵੀਏ ਤਾਂ ਜੋ ਕਿ ਇਲਾਕੇ ਦੇ ਬੱਚੇ ਜੋ ਇਸ ਇਲਾਕੇ ਵਿੱਚ ਇਸ ਤਰ੍ਹਾਂ ਦਾ ਕੋਈ ਇੰਸਟੀਚਿਊਟ ਹੈ ਨਹੀਂ ਹੈ
ਤਾਂ ਜੋ ਕਿ ਬੱਚੇ ਆਉਣ ਵਾਲੇ ਸਮੇਂ 'ਚ ਨਸ਼ਿਆਂ ਤੋਂ ਵੀ ਬਚ ਸਕਣ ਔਰ ਨਾਲ ਹੀ ਨਾਲ ਆਪਣੇ ਪਿੰਡ ਦਾ ਦੇਸ਼ ਦਾ ਔਰ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰ ਸਕਣ। ਨਾਲ ਹੀ ਨਾਲ ਮੈਂ ਇੱਕ ਹੋਰ ਕਹਿੰਦਾ ਕਿ ਜੋ ਬਜ਼ੁਰਗ ਨੇ ਉਹਨਾਂ ਨੂੰ ਬੇਨਤੀ ਕਰਦਾ ਭਾਈ ਸਵੇਰੇ ਉੱਠ ਕੇ ਜੋਗਿੰਗ ਵਾਕ ਕਰਿਆ ਕਰੋ, ਨਾਲੇ ਗੁਰੂ ਘਰ ਆਇਆ ਕਰੋ, ਜਿਹਦੇ ਨਾਲ ਜੋ ਤੁਹਾਡੀ ਇਹ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਨੇ। ਸਵਖਤੇ ਉੱਠ ਕੇ ਆਪਾਂ ਮੋਰਨਿੰਗ ਟਾਈਮ 'ਤੇ ਥੋੜ੍ਹੀ ਬਹੁਤੀ ਫਿਜ਼ੀਕਲ ਕੰਡੀਸ਼ਨ ਕਰਦੇ ਹਾਂ, ਸਾਰੀਆਂ ਦੂਰੀਆਂ ਜੋ ਹੈ ਜਿਹੜੀਆਂ ਬਿਮਾਰੀਆਂ ਨੇ ਦੂਰ ਹੋ ਜਾਂਦੀਆਂ ਨੇ। ਇਸ ਕਰਕੇ ਮੇਰੀ ਬੇਨਤੀ ਹੈ ਕਿ ਅਗਰ ਸਰਕਾਰ ਮੇਰੀ ਇਹ ਥੋੜ੍ਹੀ ਰਿਕੁਆਇਰਮੈਂਟ ਪੂਰੀ ਕਰ ਦਿੰਦੀ ਹੈ। ਸੁਬਿਦਾ ਸਾਹਿਬ, ਜਿਹੜਾ 2020 ਦੇ ਵਿੱਚ ਵਰਲਡ ਮਾਸਟਰ ਚੈਂਪੀਅਨਸ਼ਿਪ ਹੋਣ ਜਾ ਰਹੀ, ਉਸ ਲਈ ਕਿੱਦਾਂ ਦੀਆਂ ਤਿਆਰੀਆਂ ਤੁਸੀਂ ਕਰ ਰਹੇ ਜੀ? ਪਹਿਲਾਂ ਤਾਂ ਏਸ਼ੀਆ ਵਾਸਤੇ ਹੈ, ਵਰਲਡ ਵਾਸਤੇ ਤਾਂ ਮੈਨੂੰ ਜੋ ਹੈ ਬਹੁਤ ਹਾਈ ਲੈਵਲ 'ਤੇ ਤਿਆਰੀ ਕਰਨੀ ਪੈਣੀ ਹੈ। ਘੱਟੋ ਘੱਟ ਹੁਣ ਮੈਂ ਤਕਰੀਬਨ 12 ਫੁੱਟ ਦੇ ਜੰਪ ਕਰਦਾ ਹੈ, ਮੈਨੂੰ 1 ਫੁੱਟ ਘੱਟੋ ਘੱਟ ਹੋਰ ਮੈਨੂੰ 4 ਮੀਟਰ ਦੇ ਕਰੀਬ ਜੰਪ ਕਰਨਾ, ਜੋ ਕਿ ਮੈਂ ਪਰਾਲੀ 'ਤੇ ਨਾਮੁਮਕਿਨ ਹੈ, ਕਿਉਂਕਿ ਜਦੋਂ ਉੱਪਰ ਜੰਪ ਕਰਕੇ ਡਿੱਗਦੇ ਹਾਂ ਤਾਂ ਕਿਸੇ ਵੀ ਸਾਈਡ ਡਿੱਗ ਕੇ ਮੈਂ ਜੋ ਬਿਗ ਇੰਜਰੀ ਜੋ ਹੈ ਹੋ ਸਕਦੀ ਹੈ। ਅਗਰ ਪਿੱਟ ਹੋਵੇਗੀ ਤਾਂ ਮੈਂ ਖੁੱਲ੍ਹ ਕੇ ਮਤਲਬ ਜੰਪ ਕਰ ਸਕਦਾ, ਜੋ ਕਿ ਮੈਂ ਇਸ 'ਤੇ ਉਹ ਪ੍ਰੈਕਟਿਸ ਨਹੀਂ ਕਰ ਸਕਦਾ, ਨਾਰਮਲ ਲੈਵਲ ਦੀ ਇੱਥੇ ਮੈਂ ਪ੍ਰੈਕਟਿਸ ਕਰ ਸਕਦਾ ਹੈ। ਉਸ ਤੋਂ ਉਪਰੰਤ ਕੁਝ ਹੋਰ ਕੰਡੀਸ਼ਨਾਂ ਨੇ ਨਾਲ, ਜਿੱਦਾਂ ਫਿਜੀਕਲ ਕੰਡੀਸ਼ਨ, ਜਿਮ ਹੈ, ਹੋਰ ਹਰਡਲ ਨੇ, ਸਟੇਅਰ ਹੈ, ਇਸ ਤਰ੍ਹਾਂ ਦੇ ਕਈ ਵਰਕਆਊਟ ਕਰਨੇ ਪੈਂਦੇ ਨੇ ਜਿਹਦਾ ਕਰਕੇ ਉਹ ਲੈਵਲ ਆਪਾਂ ਅਚੀਵ ਕਰ ਸਕਦੇ। ਮੈਨੂੰ ਆਸ ਹੈ ਕਿ ਜੋ ਲੈਵਲ ਉੱਥੇ ਹੈ ਮੈਂ ਉਹ ਲੈਵਲ 'ਤੇ ਲਾਗੇ ਪਹੁੰਚਣ ਵਾਲਾ ਕਿ ਮੈਂ ਉਹ ਮੈਡਲ ਪੱਕਾ ਲੈ ਕੇ ਆਵਾਂਗਾ। ਤੁਹਾਨੂੰ ਕੀ ਲੱਗਦਾ ਸਰਕਾਰ ਜਿਹੜਾ ਉਹ ਤੁਹਾਨੂੰ ਇਹ ਵਿੰਗ ਜਿਹੜਾ ਉੱਥੇ ਮੁਹੱਈਆ ਕਰਵਾਊਗੀ? ਮੈਨੂੰ ਆਸ ਹੈ ਸਰਕਾਰ ਕੀ ਨਹੀਂ ਕਰ ਸਕਦੀ, ਕੋਈ ਚਾਹੇ ਤਾਂ ਇੰਨਾ ਸਪੋਰਟਸ ਵਾਸਤੇ ਪੈਸਾ ਦੇ ਰਹੀ ਹੈ ਕਿ ਮੈਂ ਆਸ ਕਰਦਾ ਕਿ ਇੱਕ ਸਾਨੂੰ ਇੱਥੇ ਜਿੰਮ ਜਾਂਦਾ ਸਪੋਰਟਸ ਵਿੰਗ, ਅਥਲੈਟਿਕ ਵਿੰਗ ਛੋਟਾ ਜਿਹਾ ਮਿਲ ਜਾਏ, ਪਿੱਟ ਮਿਲ ਜਾਏ। ਅਤੇ ਮੇਰੇ ਜੋ ਮਨ ਦੀ ਇੱਛਾ ਹੈ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ, ਮੈਨੂੰ ਆਸ ਹੈ ਕਿ ਆਪਾਂ ਇਹ ਕੰਮ ਵੱਡੇ ਲੈਵਲ 'ਤੇ ਲਿਜਾ ਸਕਦੇ। ਸਰਕਾਰ ਕੁਝ ਵੀ ਕਰ ਸਕਦੀ ਅਗਰ ਚਾਹੇ ਤਾਂ। ਹੁਣ ਤੱਕ ਕਿੰਨੇ ਬੱਚੇ ਜਿਹੜੇ ਉਹ ਸਿੱਖਣ ਆਉਂਦੇ ਨੇ ਤੁਹਾਡੇ ਕੋਲ? ਇੱਥੇ ਬੱਚੇ ਕਾਫੀ ਆਉਂਦੇ ਨੇ ਸਾਹਮਣੇ, ਇੱਥੇ ਜਿੰਮ ਵੀ ਆਪਣੇ ਸਪੋਰਟਸ ਵਿੰਗ ਜੋ ਹੈ ਇੱਥੇ ਬਣਿਆ, ਕਮੇਟੀ ਬਣੀ, ਉਹਨਾਂ ਜਿੰਮ ਵੀ ਖੋਲ੍ਹੀ ਹੈ ਪਰ ਨਾਰਮਲ ਲੈਵਲ 'ਤੇ ਹੈ। ਕਬੱਡੀ ਇੱਥੇ ਕੱਪ ਹੁੰਦਾ, ਬਾਬਾ ਕਾਲਾ ਮਹਿਰ ਨਾਂ 'ਤੇ ਬਹੁਤ ਵੱਡਾ ਕਬੱਡੀ ਕੱਪ ਵੀ ਹੁੰਦਾ ਹੈ, ਕਾਫੀ ਜੋ ਇਲਾਕਾ ਸਾਡਾ ਇੱਥੇ ਜੁੜਿਆ ਹੈ, ਪਰ ਡਿਊ ਟੂ ਸਪੋਰਟਸ ਐਡਸ ਸਾਡੇ ਕੋਲ ਇਹ ਹੈ ਨਹੀਂ ਹੈ, ਤਾਂ ਜਾ ਕੇ ਉਹ ਜੋ ਸਪੋਰਟਸਮੈਨ ਵਧੀਆ ਲੈਵਲ ਦਾ ਉਹ ਪ੍ਰੈਕਟਿਸ ਨਹੀਂ ਕਰ ਪਾਉਂਦੇ। ਅੱਜ ਦੇ ਨੌਜਵਾਨ ਜਿਹੜੇ ਨਸ਼ਿਆਂ 'ਚ ਗ੍ਰਸਤ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਉਹਨਾਂ ਨੂੰ ਇਹੀ ਸੁਨੇਹਾ ਹੈ ਕਿ ਉਹ ਉਹਨਾਂ ਨੂੰ ਮੇਰੇ ਵੱਲੋਂ ਸੁਨੇਹਾ ਕਿ ਭਾਈ ਸਪੋਰਟਸ ਨਾਲ ਜੁੜੋ, ਨਾਲ ਗੁਰੂ ਘਰ ਵੀ ਇੱਥੇ ਨਮਸਕਾਰ ਵੀ ਕਰੋ, ਬਾਣੀ ਨਾਲ ਵੀ ਜੁੜੋ, ਤਾਂ ਜੋ ਕਿ ਬਾਣੀ ਵੀ ਇੱਕ ਸ਼ਕਤੀ ਹੈ, ਇੱਥੋਂ ਸ਼ਕਤੀ ਲੈ ਕੇ ਆਪਾਂ ਗਰਾਊਂਡ ਵਿੱਚ ਜਾ ਕੇ ਜੋ ਵਰਕਆਊਟ ਕਰਾਂਗੇ ਉਹ ਦੁੱਗਣੀ ਸ਼ਕਤੀ ਹੋ ਜਾਂਦੀ ਹੈ, ਔਰ ਨਸ਼ਿਆਂ ਤੋਂ ਬਚ ਕੇ ਆਪਣੇ ਨਾਂ, ਆਪਣਾ ਵੀ, ਮਾਂ ਪਿਓ ਦਾ, ਪਿੰਡ ਦਾ, ਪੰਜਾਬ ਦਾ ਨਾਂ ਵੀ ਰੋਸ਼ਨ ਕਰ ਸਕਦੇ ਹਾਂ। ਬੱਚੇ ਨੂੰ ਇਹ ਜ਼ੋਰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਗਰਾਊਂਡ ਨਾਲ ਜੁੜੀਏ, ਇਹੀ ਇੱਕ ਸਾਡੇ ਕੋਲ ਹੀਲਾ ਹੈ ਕਿ ਆਪਾਂ ਵੱਧ ਤੋਂ ਵੱਧ ਸਾਡੀ ਸਪੋਰਟਸ ਏਡ ਹੋਏਗੀ ਤਾਂ ਹੀ ਬੱਚੇ ਨੂੰ ਕੁਝ ਆਪਾਂ ਸਿਖਾ ਸਕਦੇ ਹਾਂ, ਨਹੀਂ ਤਾਂ ਅਸੀਂ ਕੀ ਕਹਿ ਸਕਦੇ ਤੁਸੀਂ ਉਹ ਕਰੋ, ਉਹ ਕਹਿੰਦੇ ਹੈ ਹੀ ਕੁਝ ਨਹੀਂ ਕਰੀਏ ਕੀ ਆ ਕੇ। ਇਹ ਸਨ ਸੂਬੇਦਾਰ ਲਖਵਿੰਦਰ ਸਿੰਘ ਜੀ, ਜਿਨ੍ਹਾਂ ਨੇ ਪੋਲ ਵਾਰਡ ਦੇ ਵਿੱਚ ਜਿੱਥੇ ਹਾਈ ਜੰਪ ਦੇ ਵਿੱਚ ਅਤੇ ਤੀਰਾ ਜੰਪ ਦੇ ਵਿੱਚ ਕਈ ਗੋਲਡ ਮੈਡਲ ਅਤੇ ਕਈ ਸਿਲਵਰ ਅਤੇ ਕਾਂਸੇ ਦੇ ਤਗਮੇ ਜਿੱਤ ਕੇ ਪੰਜਾਬ ਦਾ ਨਾਂ ਅਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ, ਇਹਨਾਂ ਦਾ ਸੁਨੇਹਾ ਨੌਜਵਾਨਾਂ ਨੂੰ ਕਿ ਉਹ ਗੁਰੂ ਘਰ ਦੇ ਨਾਲ ਜੁੜਨ ਅਤੇ ਖੇਡਾਂ ਤੋਂ ਪ੍ਰੇਰਿਤ ਹੋ ਕੇ ਖੇਡਾਂ ਵੱਲ ਰੁਝਾਨ ਆਪਣਾ ਵਧਾਉਣ। ਪਿੰਡ ਦੇ ਲੋਕ ਵੀ ਲਖਵਿੰਦਰ ਸਿੰਘ ਨੂੰ ਆਪਣੇ ਪਿੰਡ ਦਾ ਸਿਤਾਰਾ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਲਖਵਿੰਦਰ ਸਿੰਘ ਨੂੰ ਅਭਿਆਸ ਕਰਨ ਦੇ ਨਾਲ ਪੂਰਾ ਸਮਾਨ ਮੁਹੱਈਆ ਕਰਵਾਉਂਦੀ ਹੈ ਤਾਂ ਇਹ ਸਿਤਾਰਾ ਇਲਾਕੇ ਦੇ ਆਸ-ਪਾਸ ਆਪਣੇ ਵਰਗੇ ਕਈ ਹੋਰ ਖਿਡਾਰੀ ਅਤੇ ਖੇਡ ਸਿਤਾਰੇ ਬਣਾ ਸਕਦਾ ਹੈ। ਇੱਥੇ ਇਸ ਸਥਾਨ ਦੇ ਉੱਤੇ ਜਿਹੜਾ ਸਾਡਾ ਸਪੋਰਟਸ ਕਲੱਬ ਵੀ ਹੈ ਅਤੇ ਗੁਰਦੁਆਰਾ ਸਾਹਿਬ ਵੀ ਆ, ਇੱਥੇ ਸਾਡੇ ਕੋਲ ਇੱਕ ਛੋਟਾ ਜਿਹੜਾ ਸਟੇਡੀਅਮ ਅਤੇ ਛੋਟਾ ਜਿੰਮ ਆ, ਅਤੇ ਉੱਥੇ ਅੱਜ ਤੋਂ 4-5 ਸਾਲ ਪਹਿਲਾਂ ਜਿਹੜੇ ਸੂਬੇਦਾਰ ਸਾਹਿਬ ਲਖਵਿੰਦਰ ਸਿੰਘ ਜੀ ਆ, ਉਹਨਾਂ ਨੇ ਆ ਕੇ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ, ਅਤੇ ਜਦੋਂ ਤੋਂ ਆਏ ਆ ਉਹ ਉਹਨਾਂ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ, ਅਤੇ ਉਹਨਾਂ ਨੇ ਜਦੋਂ ਤੋਂ ਵੀ ਆ ਕੇ ਇੱਥੇ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਆ, ਰੋਜ਼ ਦੇ ਰੋਜ਼ ਕੋਈ ਨਾ ਕੋਈ ਇੱਥੇ ਆ ਕੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਅਤੇ ਕੰਮ ਕਰਨ ਦੇ ਨਾਲ ਨਾਲ ਹੀ ਉਹਨਾਂ ਨੇ ਜਿਹੜੇ ਆ ਖੇਡਾਂ ਦੇ ਵਿੱਚ ਵੀ ਨੈਸ਼ਨਲ ਪੱਧਰ 'ਤੇ ਇੰਟਰਨੈਸ਼ਨਲ ਪੱਧਰ 'ਤੇ ਮੱਲਾਂ ਮਾਰੀਆਂ ਵਾ, ਅਤੇ ਹੁਣ ਵੀ ਆਪਣੀ ਪ੍ਰੈਕਟਿਸ ਕਰ ਰਹੇ ਆ, ਪਰ ਉਹਨਾਂ ਦੇ ਕੋਲ ਪ੍ਰੈਕਟਿਸ ਕਰਨ ਵਾਸਤੇ ਯੋਗ ਸਾਧਨ ਨਹੀਂ ਹੈਗੇ, ਅਤੇ ਸਾਡੇ ਕੋਲ ਇੰਨੇ ਮਾਇਆ ਨਹੀਂ ਹੈਗੀ ਵੀ ਅਸੀਂ ਉਹਨਾਂ ਨੂੰ ਆ ਜਿਹੜਾ ਚੀਜ਼ਾਂ ਉਹਨਾਂ ਨੂੰ ਲੈ ਕੇ ਦੇ ਸਕੀਏ, ਕਿਉਂਕਿ ਜਿਹੜਾ ਸਮਾਨ ਆ ਕਾਫੀ ਮਹਿੰਗਾ ਜਿਹੜਾ ਉਹ ਈਵੈਂਟ ਕਰਦੇ ਆ। ਅਤੇ ਜਿਹੜੇ ਸੂਬੇਦਾਰ ਸਾਹਿਬ ਆ ਉਹ ਇੱਥੇ ਹੋਰ ਵੀ ਬੱਚਿਆਂ ਨੂੰ ਜਿਹੜੇ ਆ ਗਏ ਇੱਥੇ ਆ ਅਤੇ ਰੋਜ਼ ਪ੍ਰੈਕਟਿਸ ਦਿੰਦੇ ਲੋਕਾਂ ਨੂੰ, ਨਾਲ ਉਹ ਬੱਚਿਆਂ ਨੂੰ ਨਾਲ ਲੈ ਕੇ ਚੱਲਦੇ ਆ, 70 ਤੋਂ ਲੈ ਕੇ ਅਤੇ 100 ਬੱਚੇ ਜਿਹੜੇ ਰੋਜ਼ ਗਰਾਊਂਡ ਦੇ ਵਿੱਚ ਸ਼ਾਮ ਨੂੰ ਇੱਥੇ ਆ ਕੇ ਪ੍ਰੈਕਟਿਸ ਕਰਦੇ ਆ। ਸਾਡੀ ਇੱਥੇ ਸਪੋਰਟਸ ਦੀ ਟੀਮ ਵੀ ਹੈਗੀ ਕਬੱਡੀ ਦੀ, ਅਤੇ ਸਾਡੇ ਜਿਹੜੇ ਇੱਥੇ ਪਿੰਡ ਦੇ ਜਿਹੜੇ ਪਲੇਅਰ ਆ ਉਹ ਇੰਟਰਨੈਸ਼ਨਲ ਲੈਵਲ ਤੱਕ ਜਿਹੜੀ ਉਹ ਕਬੱਡੀ ਦੀ ਗੇਮ ਖੇਡ ਚੁੱਕੇ ਆ। ਸਾਡੀ ਪੁਰਜੋਗ ਸਰਕਾਰ ਨੂੰ ਇੱਕ ਅਪੀਲ ਆ ਵੀ ਇਹ ਸਾਨੂੰ ਇੱਥੇ ਸਾਡੇ ਕਲੱਬ ਨੂੰ, ਸੂਬੇਦਾਰ ਸਾਹਿਬ ਹੋਣਾ ਨੂੰ, ਲਖਵਿੰਦਰ ਸਿੰਘ ਜੀ ਨੂੰ ਇੱਕ ਸਪੋਰਟਸ ਦੀ ਕਿੱਟ ਦਿੱਤੀ ਜਾਵੇ, ਅਤੇ ਜੇ ਇੱਥੇ ਸਪੋਰਟਸ ਦੀ ਸਪੋਰਟਸ ਦਾ ਇੱਕ ਵਿੰਗ ਦਿੱਤਾ ਜਾਵੇ ਤਾਂ ਅਸੀਂ ਇੱਥੇ ਬਹੁਤ ਵਧੀਆ ਜਿਹੜਾ ਬੱਚੇ ਇੱਥੇ
ਪ੍ਰੈਕਟਿਸ ਕਰਕੇ ਤਾਂ ਬਹੁਤ ਉੱਚੇ ਲੈਵਲ ਤੱਕ ਖੇਡ ਸਕਦੇ ਆ। ਇਹ ਸਾਨੂੰ ਇਸ ਗੱਲ ਦਾ ਪਤਾ ਕਿ ਉਹ ਸੂਬੇਦਾਰ ਸਾਹਿਬ ਜਿਹੜੀ ਬਹੁਤ ਜ਼ਿਆਦਾ ਮਿਹਨਤ ਕਰਦੇ ਅਤੇ ਕਰਵਾਉਂਦੇ ਆ। ਪਿੱਛੇ ਜੇ ਜਦੋਂ ਪੁਲਿਸ ਦੀਆਂ ਭਰਤੀਆਂ ਇਹਨਾਂ ਦੇ ਇੱਥੇ ਆਪਣੇ ਵੱਲੋਂ ਇੱਕ ਕੈਂਪ ਲਾ ਕੇ ਗਰਾਊਂਡ ਦੇ ਵਿੱਚ ਅਤੇ 7-8 ਬੱਚੇ ਜਿਹੜੇ ਉਹ ਪੁਲਿਸ ਦੇ ਵਿੱਚ ਭਰਤੀ ਕਰਵਾਏ ਆ। ਇਹ ਦਿਨ ਰਾਤ ਬੱਚਿਆਂ ਨੂੰ ਮਿਹਨਤ ਕਰਵਾਉਂਦੇ ਆ ਅਤੇ ਆਪ ਵੀ ਕਰਦੇ ਆ। ਅਤੇ ਸਾਡੀ ਸਰਕਾਰ ਤੋਂ ਇਹੋ ਹੀ ਮੰਗ ਆ ਵੀ ਇਹਨਾਂ ਨੂੰ ਇੱਕ ਇੱਥੇ ਸਾਨੂੰ ਸਪੋਰਟਸ ਵਿੰਗ ਦਿੱਤਾ ਜਾਵੇ ਅਤੇ ਸੂਬੇਦਾਰ ਸਾਹਿਬ ਨੂੰ ਜਿਹੜੀ ਉਹ ਇਹਨਾਂ ਨੂੰ ਸਮਾਨ ਜਿਹੜਾ ਲੋੜੀਂਦਾ ਉਹ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਜਿਹੜੇ ਸਾਡੇ ਜਿਹੜੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਇੰਨੇ ਉਪਰਾਲੇ ਕਰ ਰਹੇ ਹਾਂ ਅਤੇ ਇੱਕ ਇਹ ਵੀ ਛੋਟਾ ਜਿਹਾ ਉਪਰਾਲਾ ਕੀਤਾ ਜਾਵੇ। ਅਤੇ ਜੇ ਸਰਕਾਰ ਦੇ ਕੋਲ ਕੋਈ ਘਾਟਾ ਨਹੀਂ ਗਿਆ ਇਹੋ ਜਿਹੇ ਕੰਮਾਂ ਦਾ, ਜੇ ਸਰਕਾਰ ਚਾਹੇ ਤਾਂ ਜੋ ਮਰਜ਼ੀ ਕਰ ਸਕਦੀ ਆ। ਅਤੇ ਜੇ ਕਿਤੇ ਸਾਨੂੰ ਇਹ ਸਪੋਰਟਸ ਵਿੰਗ ਮਿਲ ਜੇ ਤਾਂ ਸਾਡੇ ਜਿਹੜਾ ਇਲਾਕੇ ਦਾ ਉਹ ਨਾਂ ਬਹੁਤ ਉੱਚੇ ਪੱਧਰ 'ਤੇ ਰੋਸ਼ਨ ਹੋ ਸਕਦਾ। ਜਿੱਥੇ ਉਮਰ ਦੇ ਇਸ ਪੜਾਅ ਵਿੱਚ ਆ ਕੇ ਲੋਕਾਂ ਨੂੰ ਗੋਡਿਆਂ ਦਾ ਦਰਦ ਸਤਾਉਣ ਲੱਗਦਾ ਹੈ, ਉੱਥੇ ਉਮਰ ਦੇ ਇਸ ਪੜਾਅ ਵਿੱਚ 55 ਸਾਲਾ ਰਿਟਾਇਰਡ ਸੂਬੇਦਾਰ ਲਖਵਿੰਦਰ ਸਿੰਘ ਕਈ ਨੌਜਵਾਨਾਂ ਦੇ ਲਈ ਪ੍ਰੇਰਣਾ ਸਰੋਤ ਬਣਦੇ ਦਿਖਾਈ ਦੇ ਰਹੇ ਹਨ। ਕੈਨੇਡਾ ਵਿੱਚ ਹੋਣ ਜਾ ਰਹੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਲਈ ਆਪਣੇ ਦੁਆਰਾ ਬਣਾਏ ਗਏ ਖੇਡ ਸਮਾਨ ਦੇ ਨਾਲ ਨਾਲ ਪਿੰਡ ਦੇ ਮੈਦਾਨ ਵਿੱਚ ਫਸਲ ਦੀ ਪਰਾਲੀ ਤੇ ਲਖਵਿੰਦਰ ਸਿੰਘ ਅਭਿਆਸ ਕਰਦੇ ਹਨ, ਕਿਉਂਕਿ ਖੇਡ ਦਾ ਅਭਿਆਸ ਦਾ ਸਮਾਨ ਬਹੁਤ ਮਹਿੰਗਾ ਹੈ ਜੋ ਲਖਵਿੰਦਰ ਸਿੰਘ ਨਹੀਂ ਲੈ ਸਕਦਾ। ਇਸ ਲਈ ਸਰਕਾਰ ਦੀ ਮਦਦ ਦੀ ਅਪੀਲ ਕਰ ਰਹੇ ਹਨ ਕਿ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਕੇ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਮਦਦ ਕੀਤੀ ਜਾਵੇ। ਅਜੀਤ ਵੈਬ ਟੀਵੀ ਲਈ ਬਟਾਲਾ ਤੋਂ ਭੁਪਿੰਦਰ ਸਿੰਘ ਬਮਰਾ ਦੀ ਇਹ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।